ਸ਼੍ਰੀਕਾਲ ਮੈਂ ਹਾਂ ਕਿਰਨ ਤੇ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਟੀਵੀ। ਪੰਜਾਬ ਦੀ ਵਿਜੀਲੈਂਸ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਮਾਮਲਾ ਦਰਜ ਕਰ ਲਿਆ ਹੈ। ਓਮ ਪ੍ਰਕਾਸ਼ ਸੋਨੀ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਦੌਰਾਨ ਓਮ ਪ੍ਰਕਾਸ਼ ਸੋਨੀ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਸੂਚਨਾ ਮਿਲਦੇ ਹੀ ਕਾਂਗਰਸੀ ਵਰਕਰਾਂ ਨੇ ਉਹਨਾਂ ਦੇ ਘਰ ਪਹੁੰਚ ਕੇ ਕਿਹਾ ਕਿ ਇਹ ਕਾਰਵਾਈ ਇੱਕ ਸਾਜਿਸ਼ ਤਹਿਤ ਕੀਤੀ ਗਈ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਗੁੱਸਾ ਹੋਰ ਵਧੇਗਾ ਅਤੇ ਉਹ ਭਗਵੰਤ ਮਾਨ ਸਰਕਾਰ ਖਿਲਾਫ ਵੱਡਾ ਮੋਰਚਾ ਖੋਲਣਗੇ। ਹੌਟ ਨਿਊਜ਼ ਇੰਡੀਆ ਟੀਵੀ ਦੇ ਲਈ ਅਮਨ ਤੱਗੜ ਦੀ ਰਿਪੋਰਟ। ਬੁਲਾਈ ਆ ਸੋਨੀ ਸਾਹਿਬ ਨੇ 8 ਮਹੀਨੇ ਜਦੋਂ ਉਹਨਾਂ ਨੇ ਬੁਲਾਇਆ ਸੋਨੀ ਸਾਹਿਬ ਗਏ ਨੇ। ਇਹ ਜੋ ਵੀ ਹੋਇਆ ਗਲਤ ਹੋਇਆ, ਸਰਕਾਰ ਹੈ ਬਿਲਕੁਲ ਗਲਤ ਕਰ ਰਹੀ ਹੈ, ਇਹ ਬਿਲਕੁਲ ਗਲਤ ਹੋ ਰਿਹਾ ਵਾ। ਠੀਕ ਆ, ਜੋ ਕਾਨੂੰਨ ਦੇ ਮੁਤਾਬਕ ਹੈਗਾ ਵਾ, ਠੀਕ ਆ, ਜੋ ਕੋਰਟ ਕਰੇਗੀ ਸਾਨੂੰ ਮਨਜ਼ੂਰ ਆ, ਅਸੀਂ ਇਹ ਫੈਸਲਾ ਮਨਜ਼ੂਰ ਕੋਰਟ ਦਾ ਕਰਾਂਗੇ। ਇਹਨਾਂ ਦੀ ਧੱਕੇਸ਼ਾਹੀ ਨਹੀਂ ਚੱਲਣ ਦੇਵਾਂਗੇ। ਇਤਰਾ ਇਹ ਰਾਜਨੀਤਿਕ ਸਟੰਟ ਹੋਰ ਕੀ ਆ ਜੀ, ਕਾਂਗਰਸ ਸਾਰੀ ਇੱਕ ਜੁੱਟ ਹੈਗੀ ਆ, ਰਹੇਗੀ ਬਿਲਕੁਲ ਨਾਲ ਆ, ਸੋਨੀ ਸਾਹਿਬ ਦੇ ਨਾਲ ਆ, ਇੱਕ ਜੁੱਟ ਸਾਰੀ ਕਾਂਗਰਸ ਨਾਲ ਆ, ਪੰਜਾਬ ਸਾਰੇ ਸਾਰਿਆਂ ਨਾਲ ਹੋਈ ਹੈ, ਸਾਡੀ ਮੇਰੀ ਸਾਰਿਆਂ ਨਾਲ ਹੋਈ ਆ, ਸਾਰੇ ਰਾਜਾ ਵੜਿੰਗ ਜੀ ਨਾਲ ਹੋਈ ਆ, ਪ੍ਰਤਾਪ ਸਿੰਘ ਬਾਜਵਾ ਜੀ ਨਾਲ, ਸੁੱਖੀ ਰੰਧਾਵਾ ਜੀ ਨਾਲ ਹੋਈ ਆ, ਮੇਰੀ ਸਾਰਿਆਂ ਨਾਲ ਹੋਈ ਹੈ ਗੱਲ। ਪਲੈਨਿੰਗ ਕੀ ਸਰ? ਸਾਰੀ ਪਲੈਨਿੰਗ ਕੋਈ ਗੱਲ ਨਹੀਂ, ਜੋ ਕੋਰਟ ਫੈਸਲਾ ਕਰੇਗੀ ਅਸੀਂ ਉਹਨੂੰ ਐਕਸੈਪਟ ਕਰਾਂਗੇ, ਕੋਈ ਮੁਸ਼ਕਲ ਨਹੀਂ। ਕੋਰਟ 'ਚ ਜਾਵਾਂਗੇ, ਕੋਰਟ 'ਚ ਜਾਵਾਂਗੇ, ਕੋਈ ਗੱਲ ਨਹੀਂ। ਦੇਖੋ ਦੇਖੋ, ਸਾਡੇ ਪ੍ਰਧਾਨ ਜੀ ਨੇ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ 8 ਮਹੀਨੇ 9 ਮਹੀਨੇ ਸਾਡੀ ਆਲਰੇਡੀ ਇਨਵੈਸਟੀਗੇਸ਼ਨ ਸੋਨੀ ਸਾਹਿਬ ਜੁਆਇਨ ਕਰ ਚੁੱਕੇ ਆ, ਔਰ ਸਾਡੇ ਪਰਿਵਾਰ ਦੇ ਇੱਕ ਇੱਕ ਮੈਂਬਰ ਦੀ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ, ਔਰ ਇੱਕ ਵੀ ਚੀਜ਼ ਜਿਹੜੀ ਉਹਦੇ 'ਚ ਗਲਤ ਅੱਜ ਤੱਕ ਇਹਨਾਂ ਕੋਲ ਪ੍ਰੂਫ ਨਹੀਂ ਹੋਈ। ਜੇ ਹੋਈ ਹੁੰਦੀ ਤਾਂ 8 ਮਹੀਨੇ ਪਹਿਲਾਂ ਪਰਚਾ ਕਰ ਦਿੰਦੇ, ਔਰ ਕੋਈ ਸਾਨੂੰ ਡਰ ਨਹੀਂ ਕਿਸੇ ਚੀਜ਼ ਦਾ ਨਹੀਂ, ਪਰਚੇ ਲੋਕਾਂ ਦੇ ਹੁੰਦੇ ਨੇ, ਕੋਈ ਗੱਲ ਨਹੀਂ। ਫਿਰ ਕਿਹੜੀ ਗੱਲ ਹੈ, ਔਰ ਅਰੈਸਟ ਹੋਈ ਹੈ ਸੋਨੀ ਸਾਹਿਬ ਦੀ, ਅਸੀਂ ਕਹਿ ਰਹੇ ਹਾਂ, ਮੀਡੀਆ 'ਚ ਵੀ ਆ ਰਿਹਾ ਜੀ, ਇਹ ਚੰਡੀਗੜ੍ਹ ਅਰੈਸਟ ਹੋਈ ਹੈ ਉਹਨਾਂ ਦੀ, ਚੰਡੀਗੜ੍ਹ ਉਹਨਾਂ ਦੀ ਅਰੈਸਟ ਹੋਈ ਹੈ। ਕੋਈ ਗੱਲ ਨਹੀਂ, ਸਾਨੂੰ ਕੋਈ ਨਹੀਂ, ਕੋਰਟ ਕਚਹਿਰੀ ਜਾਵਾਂਗੇ, ਕੋਰਟ 'ਚ ਜਾਵਾਂਗੇ। ਇਹ ਸਰਕਾਰ ਨੇ ਅੱਜ ਕੋਈ ਪਹਿਲੇ ਕਿਸੇ ਮੰਤਰੀ ਜਾਂ ਕਿਸੇ ਦੇ MLA 'ਤੇ ਪਰਚਾ ਨਹੀਂ ਕੀਤਾ, ਪਹਿਲਾਂ ਵੀ ਕਿੰਨੇ ਮੰਤਰੀ ਸਾਰਿਆਂ ਦੀ ਜਮਾਨਤ ਹੋਈ ਹੈ, ਸਾਰੇ ਬੇਕਸੂਰ ਹੋ ਕੇ ਬਾਹਰ ਨਿਕਲੇ ਨੇ, ਕੋਈ ਸਾਨੂੰ ਡਰ ਨਹੀਂ ਹੈ। ਦੇਖੋ ਇੱਥੇ ਅੰਡਰਸਟੂਡ ਹੈ ਤਾਂ ਮੈਨੂੰ ਦੱਸਣ ਦੀ ਲੋੜ ਹੈ, ਤੁਹਾਨੂੰ ਵੀ ਪਤਾ ਹੈ ਕਿ ਬਦਲਿਆ ਕਿਹੜਾ ਇਹਨਾਂ ਦੇ ਕੋਲ। ਵੇਖੋ ਆਪਣਾ ਕੋਈ ਡਿਵੈਲਪਮੈਂਟ ਨਹੀਂ, ਕੋਈ ਕਿਸੇ ਬੰਨੇ ਲੋਕਾਂ ਨੂੰ ਦੂਜੇ ਬੰਨੇ ਭੜਕਾਉਣ ਦੇ ਚੱਕਰ 'ਚ ਇੱਦਾਂ ਦੇ ਕੰਮ ਕਰਦੇ, ਕੋਈ ਗੱਲ ਨਹੀਂ। ਸਰਕਾਰ ਆਈ ਹੈ, ਕੱਲ੍ਹ ਨੂੰ ਜਦੋਂ ਆਪਣੀਆਂ ਆਉਣਗੀਆਂ ਫਿਰ ਅਸੀਂ ਵੀ ਕਰ ਲਾਂਗੇ, ਕੋਈ ਗੱਲ ਨਹੀਂ, ਫਿਰ ਬਿਲਕੁਲ ਦੇਵਾਂਗੇ। ਕੋਰਟ 'ਚ ਸਾਡਾ ਰਾਈਟ ਹੈ, ਅਸੀਂ ਕੋਰਟਾਂ 'ਚ ਜਾਵਾਂਗੇ, ਸਾਡਾ ਰਾਈਟ ਬਣਦਾ ਹੈ, ਆਪਣਾ ਰਾਈਟ ਅਸੀਂ ਪੂਰਾ ਲਵਾਂਗੇ, ਕੋਰਟ 'ਚ ਜਾਵਾਂਗੇ। ਕਚਹਿਰੀ ਸਾਰੀ ਕੋਰਟ ਹੈ, ਜੁਡੀਸ਼ਰੀ ਹੈ, ਹਾਈ ਕੋਰਟ ਮਾਨਯੋਗ ਸਾਡੀ ਹਾਈ ਕੋਰਟ ਹੈ, ਜਿਹੜੀ ਕੋਰਟ 'ਚ ਜਾਣਾ ਪਏਗਾ ਜਾਵਾਂਗੇ। ਮੈਂ ਇਹ ਦੇਖੋ ਜੀ, ਇਹ ਹੁਣ ਤੁਹਾਨੂੰ ਇਹਦਾ ਜਵਾਬ ਅੱਜ ਤੋਂ 2-4 ਦਿਨ ਬਾਅਦ 'ਚ ਦੇਵਾਂਗਾ, ਸਾਨੂੰ ਪਹਿਲਾਂ ਕੋਰਟ ਆਪਣੇ ਲੀਗਲ ਓਪੀਨੀਅਨ ਲੈ ਕੇ, ਕਿਉਂਕਿ ਅਸੀਂ ਇਸ ਚੀਜ਼ 'ਤੇ ਪ੍ਰਪੇਅਰ ਨਹੀਂ ਸੀ। ਸਾਨੂੰ ਇਹ ਚੀਜ਼ ਪਤਾ ਸੀ ਕਿ ਸਾਡਾ ਬਿਲਕੁਲ ਜਿਹੜਾ DA ਦਾ ਕੇਸ ਚੱਲ ਰਿਹਾ ਬਿਲਕੁਲ ਸਾਫ਼ ਹੈ, ਔਰ ਜਿੰਨੀ ਵਾਰੀ ਇੱਕ ਵਾਰੀ ਨਹੀਂ, ਹਜ਼ਾਰਾਂ ਕਾਗਜ਼, ਲੱਖਾਂ ਦੀ ਤਾਦਾਦ 'ਚ ਕਾਗਜ਼, ਔਰ ਮੇਰੇ ਹਿਸਾਬ ਨਾਲ ਮੈਂ, ਮੇਰਾ ਬ੍ਰਦਰ ਸੋਨੀ ਸਾਹਿਬ ਦਾ ਬੇਟਾ, ਸਾਡੀ ਫੈਮਿਲੀ ਦੇ ਇੱਕ ਇੱਕ ਮੈਂਬਰ ਦੀ ਇਹਨਾਂ ਨੇ ਇਨਕੁਆਇਰੀ ਕੀਤੀ ਹੈ, ਔਰ ਇੱਕ ਇੱਕ ਜਿਹੜਾ ਸਾਡਾ ਕੋਈ ਬਿਜ਼ਨਸ ਹੈ ਉੱਥੇ ਜਾ ਕੇ ਇਹਨਾਂ ਨੇ ਚੈੱਕ ਕੀਤਾ, ਕਿਸੇ ਚੀਜ਼ 'ਚ ਕੋਈ ਗਲਤ ਨਹੀਂ ਹੈ, ਇਹ ਆਪੀ ਕੋਰਟ ਇਹਨਾਂ ਨੂੰ ਜਵਾਬ ਦੇ। ਚੰਡੀਗੜ੍ਹ ਬਗੈਰ ਵਜ੍ਹਾ ਤੋਂ ਗ੍ਰਿਫਤਾਰ ਕਰਨਾ ਬੜੀ ਮਾੜੀ ਗੱਲ ਹੈ, ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ। ਓਮ ਪ੍ਰਕਾਸ਼ ਸੋਨੀ ਵਰਗਾ ਇਨਸਾਨ ਜਿਹਨਾਂ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਇੱਕ ਵੀ ਦਾਗ ਤੈਨੂੰ ਦੇ ਲੱਗਾ, ਔਰ ਜਾਣ ਬੁੱਝ ਕੇ ਉਹਨਾਂ ਨੂੰ ਹਰਾਸਮੈਂਟ ਕਰਨ ਵਾਸਤੇ ਇਹ ਕੀਤਾ, ਕਿਉਂਕਿ ਮਾਨ ਸਾਹਿਬ ਨੂੰ ਪਤਾ ਕਿ ਉਹਨਾਂ ਕੋਲੋਂ ਕੁਛ ਨਹੀਂ ਬਣ ਰਿਹਾ, ਸਰਕਾਰ ਉਹਨਾਂ ਦੀ ਡਾਵਾਂਡੋਲ ਹੈ, ਔਰ ਇੱਕ ਵੀ ਕੰਮ ਅੱਜ ਦਾ ਚੱਜ ਦਾ ਨਹੀਂ ਉਹ ਕਰ ਸਕੇ। ਗਰੀਬਾਂ ਦੇ ਜ਼ੁਲਮ ਜ਼ਰੂਰ ਹੋ ਰਿਹਾ, ਮਾਸਟਰਾਂ ਟੀਚਰਾਂ ਦੇ ਅੱਤਿਆਚਾਰ ਹੋ ਰਹੇ ਆ, ਸੋ ਮੇਰੀ ਇਹੋ ਹੀ ਆ ਕਿ ਅਸੀਂ ਇਹ ਜ਼ੁਲਮ ਦਾ ਡੱਟ ਕੇ ਮੁਕਾਬਲਾ ਕਰਾਂਗੇ। ਸੋਨੀ ਸਾਹਿਬ ਜਿੰਦਾਬਾਦ ਸੀ, ਜਿੰਦਾਬਾਦ ਹੈਗੇ ਆ, ਜਿੰਦਾਬਾਦ ਰਹਿਣਗੇ।